ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ, ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ। ਪੀਰਾਂ ਦਾ ਮਹਾਪੀਰ ਤੂੰ ਹੈ, ਫਕਰ ਅਵਲ ਫਕੀਰ ਤੂੰ ਹੈ, ਹਾਸਾ ਵੀ ਤੂੰ ਨੀਰ ਤੂੰ ਹੈ, ਰੂਹ ਦਾ ਅਸਲ ਸਰੀਰ ਤੂੰ ਹੈ, ਸਭ ਭੈਣਾਂ ਦਾ ਵੀਰ ਤੂੰ ਹੈ, ਸ਼ੁਰੂ ਵੀ ਤੂੰ ਅਖੀਰ ਤੂੰ ਹੈ। ਵਾਹ ਗੁਰੂ ਵਾਹ ਵਾਹ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ, ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ, ਫਿੱਕੇ ਤੇਰੇ ਰੱਤੇ ਤੇਰੇ, ਰੰਗ ਸਾਰੇ ਕੱਤੇ ਤੇਰੇ, ਤੂੰ ਕਣ ਕਣ ਵਿੱਚ ਕਣ ਕਣ ਤੇਰਾ, ਸੱਤ ਹੀ ਸੁਰ ਨੇ ਸੱਤੇ ਤੇਰੇ। ਵਾਹ ਗੁਰੂ ਵਾਹ 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 ਵਾਹ ਗੁਰੂ। ਹਰ ਤਨ ਨੂੰ ਵਸਤਰ ਬਾਣੇ ਭੁੱਲ ਸਭਨਾ ਦੀ ਜਾਣੇ ਦਿੰਦਾ, ਹਰ ਤਨ ਨੂੰ ਬਸਤਰ ਬਾਣੇ ਦਿੰਦਾ, ਭੁੱਲ ਸਭਨਾ ਦੀ ਜਾਣੇ ਦਿੰਦਾ। ਕੀ ਗਾਵਾਂ ਤੇਰੀ ਮਹਿਮਾ ਸਤਿਗੁਰ, ਹਰ ਇੱਕ ਚੁੰਝ ਨੂੰ ਦਾਣੇ ਦਿੰਦਾ। ਕੱਚੇ ਤੇਰੇ ਝੂਠੇ ਤੇਰੇ ਸੱਚੇ ਤੇਰੇ, ਸਾਨੂੰ ਪਾਰ ਲੰਘਾ ਦੋ ਸਤਿਗੁਰ, ਅਸੀਂ ਅਣਜਾਣੇ ਬੱਚੇ ਤੇਰੇ। ਵਾਹ ਗੁਰੂ ਵਾਹ 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 ਵਾਹ ਗੁਰੂ।
Thank you.
ਬਣ ਗਈ ਹੈ ਆ। ਹਾਂ
Thank you.
ਲੋ ਜੀ ਕਿਰਪਾ ਕਰਕੇ ਦੇਵਤਾ
ਨਾ 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 ਨਾ
ਜਾਕੇ ਭਾਵਨਾ ਕੇ ਅਰਦਾਸ ਅਰਦਾਸ ਪਿਆ ਕਿ ਕੋਮ ਬਾਰ ਸੰਗਤ ਕੋਈ ਪਾਸ ਰਾਮ ਦਾਸਨ ਮਿਲ ਸੁਹਾਏ ਅੱਜ ਰਾਤ ਕੋ ਆਪਣੇ ਤਮਾਮ ਦਰਸ਼ ਪ੍ਰਭੂ ਸਿੱਖੀ ਰਾਜ ਸਿੱਖ ਜਾਰ ਕਸ਼ਨ ਕੇ ਆਈਏ ਨਿਤ ਹੈ ਸੰਤ ਨੂੰ ਬਜਾਏ ਮੁਰਤੀ ਬਹਾਦਰ ਸੁਪਰੇ ਕਰ ਕੌਣ ਕਰੇ ਆਵੇ ਤਾਂ ਦਸਮ ਪਾਤਸ਼ਾਹ ਸੰਤ ਗੁਰੂ ਸਿੰਘ ਮਹਾਰਾਜ ਸਭ ਥਾਈ ਵਾਲੀ ਸਾਰੇ ਦਸਾਂ ਪਾਤਸ਼ਾਹ ਦਾ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਠ ਦਰਸ਼ਨ ਦਾ ਧਿਆਨ ਕਰਕੇ ਗੁਰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਹਿਬ ਕਰਦੇ ਚਾਲੀ ਪੁੱਤੇ ਸ਼ਹੀਦਾਂ ਮੁਰਿੰਦਾ ਹੱਠੀਆਂ ਸਮੀਆਂ ਦੁਨੀਆਂ ਜਿਹਨਾਂ ਮਨੁੱਖਾਂ ਨੇ ਨਾਮ ਜਪਿਆ ਵੰਡ ਕੇ ਛੱਡਿਆ ਦੇ ਚਲਾਏ ਦੀ ਗਵਾਈ ਦੀ ਕੰਡੇ ਟੁੱਟਾ ਜਿਹਨਾਂ ਪਿਆਰੇ ਸੱਚਿਆਰੇ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਹਨਾਂ ਸਿੰਘਾਂ ਸੰਗਤਾਂ ਧਰਮ ਹੀ ਵਿਸ਼ੇਸ਼ ਦਿੱਤੇ ਬੰਦ ਪੰਕਟ ਵਾਲ ਪੰਕਤੀਆਂ ਦਵਾਈਆਂ ਚੱਲ ਪੜੀਆਂ ਨੂੰ ਚੜੇ ਆਰੇ ਨਾਲ ਚਲਾਏ ਗਏ ਗੁਰਦੁਆਰੇ ਵਰਸ਼ੇ ਵਾਲੇ ਕੁਰਬਾਨੀਆਂ ਦੀ ਪੰਜਾਬ ਧਰਮ ਦਿਲ ਨੂੰ ਮਾਰਿਆ ਸਿੱਧੀ ਦੇ ਸਾਂ ਸਵਸਤਰ ਨਾਲ ਵਾਹਿਗੁਰਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸੰਬੰਧ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲਣਾ ਜੀ ਪ੍ਰਥਮੇ ਸੰਬੰਧ ਖਾਲਸਾ ਜੀ ਕੀ ਅਰਦਾਸ ਸਾਹਿਬ ਜੀ ਸਮੂਹ ਸੰਬੰਧ ਖਾਲਸਾ ਜੀ ਕਹੋ ਵਾਹਿਗੁਰੂ 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 ਜੀ ਨਾਮ ਚੰਦਾ ਨੱਚ ਪਿਆ ਪ੍ਰਕਾਸ਼ ਸਭ ਦਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਹੈ ਰਿਸ਼ੀ ਰਿਆ ਜੈਤੇ ਪਤੇ ਤੇ ਕੀ ਪੈਰ ਬੰਦ ਕੇ ਜੀ ਖਾਲਸਾ ਜੀ ਕੋ ਮੋਰ ਵਾਲੇ ਸਮੂਹ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕ੍ਰਿਸ਼ਤਾਨ ਸਾਵਧਾਨ ਪ੍ਰਸ਼ਾਦਾਨ ਦਾਨਾ ਸਰਦਾ ਨਾਨ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਉਸ਼ਨਾਨ ਚੌਂਕੀਆਂ ਝੰਡੇ ਬੂਹੇ ਜੋਗੋ ਜੋਗੇ ਅਟਲ ਧਰਮ ਕਹਿ ਜੈ ਜੈ ਕਾਸ ਨੂੰ ਸਾਸਨਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਨ ਉੱਚੀ ਮਤਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਨਿਮਾਣਿਆਂ ਦੇ ਮਾਣ ਨਿਟਾਣਿਆਂ ਦੇ ਤਾਣ ਰੋਟਿਆਂ ਦੀ ਉੱਨ ਪੱਤੀਆਂ ਦੀ ਪੱਤ ਲਿਆ ਸਿਉਂਕੇ ਆਸਿਓ ਗੁਰੂ ਜੀ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਰਦਾਸ ਬੇਨਤੀ ਹੈ ਮਹਾਰਾਜ ਜੀ ਸੰਤ ਬਾਬਾ ਪ੍ਰਤਾਪ ਜੀ ਮਹਾਰਾਜ ਸੰਤ ਬਾਬਾ ਸੀਤਲ ਦਾਸ ਜੀ ਮਹਾਰਾਜ ਸੰਤ ਬਾਬਾ ਗੁਰਦਾਸ ਰਾਮ ਜੀ ਮਹਾਰਾਜ ਸੰਤ ਬਾਬਾ ਚਰਨਦਾਸ ਜੀ ਮਹਾਰਾਜ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਪੁਕਾਰੀ ਆਏ ਨਹੀਂ ਰਾਮ ਦੇ ਭਗਤ ਨੂੰ ਲਾਏ ਹਰਸ਼ ਲੈ ਉੱਤੇ ਲਾਏ ਸਤ ਬ੍ਰਹਮ ਜੀ ਸੰਤ ਬਾਬਾ ਪ੍ਰਤਾਪ ਜੀ ਮਹਾਰਾਜ ਆਪ ਜੀ ਦੀ ਸਾਲਾਨਾ ਬਰਸੇ ਸਮਾਗਮ ਮਨਾਉਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਿਤ ਸਾਹਿਬ ਜੀ ਮਨਾਂ ਤੋਂ ਉੱਚੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਸਮੂਹ ਪਰਿਵਾਰ ਦੀ ਅਰਦਾਸ ਹੈ ਪਰਿਵਾਰ ਦੀ ਮਿਹਰ ਭਰਿਆ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਦੀ ਮਿਹਰ ਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ ਬਖਸ਼ਿਸ਼ ਕਰਨੀ ਤੰਦਰੁਸਤੀ ਬਖਸ਼ਿਸ਼ ਕਰਨੀ ਦੂਸਰਾ ਲੁਧਿਆਣਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਪੁੱਤਰ ਮਨਪ੍ਰੀਤ ਸਿੰਘ ਜੈਵੀ ਦੇ ਕਨੇਡਾ ਜਾਣ ਤੇ ਖੁਸ਼ੀ ਮਿਲਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਦਾ ਉਹ ਆਸਰਾ ਲਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਾਰਜ ਰਾਸ ਕੀਤੇ ਨੇ ਮਹਾਰਾਜ ਜੀ ਪਰਿਵਾਰ ਤੇ ਮਿਹਰ ਭਰੇ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਦੇ ਬੱਚੇ ਤੇ ਮਿਹਰ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾ ਕਾਰੋਬਾਰਾਂ ਨੂੰ ਵੱਧ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਸਰਾ ਸਿੰਘ ਬਣ ਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੰਡ ਰੜੋਵਾ ਤੋਂ ਮਾਸਟਰ ਮੋਹਰ ਕਰਾਰ ਜੀ ਅਤੇ ਬੀਬੀ ਗੁਰਵੀਰ ਕੌਰ
ਦੇਖੀ ਰਮਨਜੀਤ ਕੌਰ ਅਤੇ ਬਲਿਹਾਰ ਸਿੰਘ ਮਹਾਰਾਜ ਜੀ ਦੇਸ਼ ਜਾਣ ਦੀ ਖੁਸ਼ੀ ਵਿੱਚ ਸਿੱਖਣਾ ਕੋਈ ਹੋਈ ਹੈ ਮਹਾਰਾਜ ਸਮੇਂ ਪਾਤਸ਼ਾਹ ਜਾਣ ਦੀ ਕਿਰਪਾ ਕੀਤੀ ਹੈ ਕਾਰਜ ਆਸਰਾ ਤੇ ਮਹਾਰਾਜ ਕੌੜੇ ਮਾਤਾ ਲੁਕੀ ਪੰਜ ਸੌ ਰੁਪਇਆ ਕੀ ਹੈ ਔਰ ਇਸ ਵਾਰ ਸੰਤੋ ਸੰਸਾਕੀ ਸੰਤੋ ਸੰਵਿਧਾਨ ਅਮਰ ਚੱਕੀ ਪੈ ਪੰਜਲ ਮਿਹਰਬਾਨ ਦਾਸ ਕੀ ਰਾਖੀ ਨਾਨ ਖਰਬ ਲਗਾਏ ਮੰਗਲ ਰਾਖੀ ਮਹਾਰਾਜ ਚੌਥਾ ਸ੍ਰੀ ਅਖੰਡ ਜਾਲ ਸਮੂਹ ਸਾਧ ਸੰਗਤ ਪਿੰਡ ਲੜਵਾ ਨਿਵਾਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਥੇ ਪੰਡ ਪਾਠ ਦੀ ਸੇਵਾ ਸਮੂਹ ਸਾਧ ਸੰਗਤ ਤੇ ਆਪ ਜੀ ਆਪਣਾ ਨਿਹ ਭਰੇ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਕਰਨਾ ਲੱਗੇ ਪਿੰਡ ਦੇ ਸੁੱਖ ਸ਼ਾਂਤੀ ਵਰਤਾਉਣੀ ਦੁੱਖ ਦੁੱਖ ਦੀ ਰੱਖਿਆ ਕਰਨੀ ਮਹਾਰਾਜ ਜੀ ਮਾਲ ਡੰਗਰ ਦੀ ਰੱਖਿਆ ਕਰਨੀ ਸੰਗਤ ਤੇ ਨਿਹ ਭਰੇ ਹੱਥ ਰੱਖਣਾ ਮਹਾਰਾਜ ਆਰਤੀ ਆਰਤੀ ਦੇ ਕਾਇਮ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੀ ਸਿੰਘਾਂ ਤੋਂ ਪਾਠ ਕਰਦੀਆਂ ਹਨ ਸੇਵਾਦਾਰਾਂ ਤੋਂ ਸੇਵਾ ਕਰਦੀਆਂ ਅਨੇਕਾਂ ਭੁੱਲਾਂ ਚੁਕਾਉਂਦੇ ਹਨ ਜਾਣ ਬੱਚੇ ਸੰਗਤ ਜਮ੍ਹਾਂ ਕਰਨਾ ਹੈ ਅੱਗੇ ਤੋਂ ਇਸ ਮਤ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਸੁੰਦਰ ਮਾਲਾ ਸਾਹਿਬ ਪਹਿਨਾਏ ਪਹਿਨੇ ਅੰਗੀਕਾਰ ਕਰਦੇ ਸੇਵਕਾਂ ਦੇ ਪੰਜ ਪੰਜਾਂ ਦੇ ਲੋਕ ਤੇ ਪ੍ਰਮੁੱਖ ਸਹਾਈ ਹੋਣਾ ਜੀ ਅਨੇਕ ਪ੍ਰਕਾਰ ਭੋਜਨ ਸਿਖਾਏ ਕਈ ਪਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸੋ ਮੀਰਾ ਛਾੜ ਕੇ ਕਰੇ ਆਨ ਪਿਆਸ ਤੇ ਨਰ ਦੋ ਜਤ ਜਾਏਗੇ ਸਤ ਪਾਥੇ ਸਗਲ ਦੁਆਰ ਮੋ ਛਾੜ ਕੇ ਤੈਨੂੰ ਤੁਹਾਰ ਮਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਵਾਹਿਗੁਰੂ ਨਾਮ ਜਵਾਜ ਹੈ ਜੋ ਸ਼ਰਨਾ ਕਰ ਸੇਵਕੇ ਕਿਰਪਾਰੇ ਉਤਾਰਨ ਜੋ ਸ਼ਰਨਾ ਕਰ ਸੇਵਕੇ ਕਿਰਪਾਰੇ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਬੋਲੇ ਸਤ
ਰਜਿਸਟ੍ਰੇਸ਼ਨ ਕਰਾਇਆ ਸੀ, ਇਸ ਕਰਕੇ ਆ ਨਹੀਂ ਗਿਆ। ਹਾਂ ਬਸ ਉਹਦੇ ਕਰਕੇ ਹਜੇ ਹੈਗਾ 10 ਕਿਲੋ। ਪਾਣੀ ਦਾ ਪੀਲਾ ਲੱਭਿਆ ਆਹ
Thank you.
ਚੁੱਕੇ ਆ ਸਰ ਬੈਠੇ ਆ ਕਮਰੇ 'ਚ ਹੈਂ ਕਮਰੇ 'ਚ ਬੈਠੇ ਆ ਇਹ ਮੁੰਡਾ ਖੜਾ ਇਹ ਮੁੰਡੇ ਭਾਂਡੇ ਲੈ ਕੇ ਡਾਕਟਰ ਦੀ ਪਹਿਲਾਂ ਬਣਾਏ ਪਾ ਕੇ ਦੇਖੇ ਤਾਂ ਤਾਂ ਮੂੰਹ ਚੱਕੀ ਜਾਂਦਾ ਸੋਰੀ
ਮੁਕਤਾ ਇਹ ਕਹਿ ਸਾਸਾਂ ਸੱਸਾਂ ਤੱਤਾਂ ਤੱਤੇ ਪੰਕੜ ਉਹ ਦਾਨੀ ਸਜੀਰੇ ਸੁਣ ਮੁੱਖੀ ਕਹਿ ਤੁਸੀਂ ਰੋਜ਼ ਪੜ੍ਹਦੇ ਇਹ ਕਹਿ ਜਦ ਤੇ ਸੱਤ ਸੱਤ ਸ਼ਬਦ ਜਿਹੜੇ ਤਿੰਨ ਤਰ੍ਹਾਂ ਦੇ ਹੈ ਉਹ ਸਾਹ ਸੰਗਤ ਦੀ ਸੰਤੋਖ ਚੌਥਾ ਜਿਹੜਾ ਪਦਾਰਥ ਹੈ ਸੰਸੰਤੋਖ ਦਾ ਔਰ ਸੁੱਖ ਤਪਨਾ ਖਿਮਾ ਸੰਦਾਨ ਬ੍ਰਹਮ ਗਿਆਨ ਸੰਦਾਨ ਨਾਲ ਧਰਮਨਾ ਜਾਇਆ ਸਮਾਨ ਸਮਝ ਲਓ ਗੱਲ ਸੰਸੰਤੋਖ ਨਾ ਔਰ ਸੁੱਖ ਜਿਸ ਪਰਿਵਾਰ ਵਿੱਚ ਸੰਤੋਖ ਹੈ ਜਿਸ ਜੀਵ ਨੂੰ ਸੰਤੋਖ ਹੈ ਉਹਦੇ ਨਾਲ ਤਾਂ ਦੁਨੀਆਂ ਨੂੰ ਕੋਈ ਸੁੱਖ ਨਹੀਂ ਹੈ ਸੰਸੰਤੋਖ ਨਾ ਔਰ ਸੁੱਖ ਤਪਨਾ ਖਿਮਾ ਸੰਦਾਨ ਬ੍ਰਹਮ ਗਿਆਨ ਸੰਦਾਨ ਨਾਲ ਧਰਮਨਾ ਜਾਇਆ ਸਮਾਨ ਕਿੱਦਾਂ ਤਪੀ ਹੈ ਸਿਮਰਨ ਕਾਲੇ ਜੀ ਉਹਦੇ ਖਿਮਾ ਹੀ ਹੈ ਨਹੀਂ ਮਨ ਦਾ ਕੀ ਵਿਸ਼ਵਾਸ ਜੀ ਮਨ ਦਾ ਕੋਈ ਵਿਸ਼ਵਾਸ ਨਹੀਂ ਕਦੋਂ ਖੁਰਚ ਆ ਸਕਦਾ ਖਿਮਾ ਦਾ ਕਾਰਨ ਜ਼ਰੂਰ ਮਿਲਦੀ ਹੈ ਸਾਡਾ ਵੀ ਧਰਮੀ ਬੰਦਾ ਹੋਵੇ ਜੇ ਉਹਦੇ ਵਿੱਚ ਦਏ ਹੈ ਤਾਂ ਧਰਮੀ ਬੰਦਾ ਬਣਾ ਸਕਦਾ ਬੱਕਰੀ ਵੇਖੀ ਖਾਣ ਲੱਗੇ ਹੁੰਦੇ ਖਾਦੇ ਖਾਦੇ ਪੂਨਾ ਕਹਿੰਦੇ ਉਹਦੇ ਵਿੱਚੋਂ ਦੁੱਧ ਜੇ ਵੀ ਖੜਦਾ ਹੁੰਦਾ ਉਹ ਵਿਅਰਥ ਹੈ ਕਹਿੰਦੇ ਉਸ ਬੰਦੇ ਦਾ ਜੀਵਨ ਇਹਦੇ ਮੁਤਾਬਕ ਆ ਜਿਹਦੇ ਹਿਰਦੇ ਵਿੱਚ ਚਾਰ ਪਦਾਰਥਾਂ ਵਿੱਚ ਇੱਕ ਪਦਾਰਥ ਨਹੀਂ ਜਿਹਦੇ ਹਿਰਦੇ ਵਿੱਚ ਚਾਰ ਪਦਾਰਥਾਂ ਤੋਂ ਇੱਕ ਵੀ ਪਦਾਰਥ ਹੈ ਨਹੀਂ ਉਹਦੇ ਬੱਕਰੀ ਦੇ ਥੜਾ ਵਰਗਾ ਜੀਵਨ ਹੈ ਚਾਰੋ ਪਰ ਇੱਕ ਹੀ ਉੱਚੇ ਰਹਿੰਦੇ ਨਾਲ ਦਾਸ ਅਦਾ ਕਰਕੇ ਪੂਜਿਆ ਜਨ ਪਿਆਰ ਸਾਹ ਸੁਣਾਵਾ ਇਸ ਇਨਸਾਨ ਨੇ ਆਪਣੇ ਦੁੱਖ ਨੂੰ ਪਾਉਣੇ ਆ ਨਾ ਜੇ ਕੋਈ ਆਪਣਾ ਦੁੱਖ ਪਾਵੇ ਹਰਾ ਨਾਮ ਦੇ ਦਰਸ਼ਨ ਕਰ ਲੈ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਲਿਆਓ ਜੇ ਬੰਦਗੀ ਕਰੋ ਚਾਰ ਪਦਾਰਥ ਜੇ ਕੋ ਮੰਗਿਆ ਸਾਹਿਬ ਜਨਾ ਕੀ ਸੇਵਾ ਰੱਖ ਜੇ ਕੋ ਆਪਣਾ ਦੁੱਖ ਪਾਵੇ ਹਰਾ ਨਾਮ ਦੇ ਦਰਸ਼ਨ ਗਾਵੇ ਜੇ ਕੋ ਜਨਮ ਮਰਨ ਦੇ ਡਰੇ ਸਾਹਿਬ ਜਨਾ ਕੀ ਸਾਡੀ ਉਮਰ ਸਾਨੂੰ ਜਿਹੜਾ ਡਰ ਰਹੀ ਹੈ ਉਹ ਮੇਰੇ ਮੌਤ ਦਾ ਬੜੇ ਮੌਤ ਤੋਂ ਡਰਦੇ ਆ ਜੀ ਆਏ ਬਹੁਤ ਰਾਜਾ ਮਨ ਦੀ ਵੱਧ ਨਹੀਂ ਗਏ ਕਹਿੰਦੇ ਜੇ ਮੈਂ ਡਰ ਰਿਹਾ ਤਾਂ ਸੰਤਾਂ ਦੀ ਸਾਮੀ ਲਾਇਆ ਕਰ ਜੇ ਡਰ ਹਟਦਾ ਤਾਂ ਮਨ ਦਾ ਕਿੱਦਾਂ ਹਟਦਾ ਸੰਤਾਂ ਤੋਂ ਮਹਾਂਪੁਰਸ਼ਾਂ ਤੋਂ ਨਾਮ ਦਾ ਲੈ ਕੇ ਨਾਮ ਦੀ ਕਮਾਈ ਕਰੋ ਤੇ ਜੰਮਣ ਮਨ ਦਾ ਡਰ ਮੁੱਕ ਜਾਂਦਾ ਉਹ ਏਦਾਂ ਕਰਕੇ ਫਿਰ ਮੁਕਤੀ ਹੋ ਜਾਂਦੀ ਹੈ ਫਿਰ ਮੁਕਤੀ ਹੋ ਜਾਂਦੀ ਹੈ ਸਾਧ ਸੰਗਤ ਦੀ ਉਹ ਚਾਰ ਪਦਾਰਥ ਦੇਖੋ ਮੰਗੇ ਸਾਹਿਬ ਜਨਾ ਕੀ ਸੇਵਾ ਲਾ ਗਿਆ ਜੇ ਕੋ ਆਪਣਾ ਗੁਰੂ ਨਾਨਕ ਜਿਹਦੇ ਸਤਿਕਾਰਾ ਜੇ ਕੋ ਆਪਣੀ ਸ਼ੋਭਾ ਦੋਵੇ ਸਾਧ ਸੰਗਤ ਹੁੰਦੇ ਛੋੜੇ ਜੇ ਕੋ ਜਨਮ ਮਰਨ ਤੇ ਪਹਿਲੇ ਸਾਧ ਜਨਾ ਕੀ ਸਾਧ ਦੇ ਕੇ ਸ਼ੋਭਾ ਦੋਵੇ ਤੇ ਦੁਨੀਆਂ ਵਿੱਚ ਮੇਰੀ ਗੁਦਾਈ ਹੁੰਦੀ ਰਹੇ ਜਿਵੇਂ ਪਰਮੇਸ਼ਰ ਦਾ ਨਾਮ ਲਿਆਉਂਦੇ ਹਨ ਸੰਤਾਂ ਦੀ ਸੇਵਾ ਕਰਦੇ ਹਨ ਸਾਧ ਸੰਗਤ ਜਾਣਾ ਸ਼ਬਦਾਂ ਮੈਂ ਨਾਮ ਪਾ ਮਹਾਂਪੁਰਸ਼ਾਂ ਦੇ ਆਪਾਂ ਗੁਰੂ ਦੇ ਸੰਦੇਸ਼ ਸਾਹ
ਜਿਹੜੇ ਸੰਸਾਰ ਦੇ ਆ ਕੇ ਪਰਮੇਸ਼ਰ ਦੇ ਨਾਮ ਦੀ ਤਾਂਘ ਰੱਖਦੇ ਆ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਆ, ਕਹਿੰਦੇ ਮੈਂ ਬਰਿਆਰੇ ਦਾ ਨਾਮ ਲੈਂਦਾ। ਕਾਰਨ ਕੀ ਹੈ? ਸੰਤ ਮਹਾਂਪੁਰ ਸੰਸਾਰ ਦੇ ਜਮੀਨ ਜਗ ਕਾਜਰ ਕੀ ਕੋਠੜੀ ਅੰਧ ਪ੍ਰੇਤ ਸਮਾਹੇ ਹੁਣ ਬਲਹਾਰੀ ਤਿਲ ਕਰੋ ਕਹਿ ਦਿਓ ਕੈਦ ਦੇ ਵਿੱਚ ਜਾਏ। ਆ ਸੰਗ ਦੇ ਸਮਝ ਲਿਓ ਗੱਲ, ਸਾਰੇ ਕਾਰਜ ਦੀ ਕੋਠੜੀ ਹੈ, ਉਹਦੇ ਕਿੰਨੀਆਂ ਕੁ ਕੋਠੀਆਂ ਦੇ ਵਿੱਚ ਆ, ਕਿੰਨੀਆਂ ਨਹੀਂ ਜਾ ਸਕਦੀਆਂ। ਵੀ ਜਗ ਕਾਜਰ ਕੀ ਕੋਠੜੀ ਅੰਧ ਪ੍ਰੇਤ ਸਮਾਹੇ ਹੁਣ ਬਲਹਾਰੀ ਤਿਲ ਕਰੋ, ਇਹਦੇ ਬਰਿਆਰੇ ਮੈਂ ਜਾਂਦਾ ਜਿਹੜੇ ਕਾਲਜ ਦੀ ਕੋਠੜੀ ਤੋਂ ਬੇਦਾਗ ਨਿਕਲ ਜਾਂਦੇ ਸਨ, ਉਹ ਦਾਗ ਨਹੀਂ ਰੱਖਣ ਦਿੰਦੇ ਕਦੀ ਵੀ, ਇਹ ਕਾਲਜ ਦੀ ਕੋਠੜੀ 'ਚ ਰਹਿੰਦੇ ਉਹ ਵੀ ਬੇਦਾਗ ਨਿਕਲ ਜਾਂਦੇ ਆ। ਉਹ ਸੰਤ ਬਾਪੂ ਅਮਰਦਾਸ ਮਹਾਰਾਜ, ਉਹ ਸੰਤ ਮਹਾਰਾਜ ਸਿਕਰਦਾਸ ਜੀ ਮਹਾਰਾਜ, ਉਹ ਸੰਤ ਮਹਾਰਾਜ ਗੁਰਦਾਸ ਰਾਮ ਜੀ ਮਹਾਰਾਜ, ਉਹ ਸੰਤ ਮਹਾਰਾਜ ਚਰਨਦਾਸ ਜੀ ਮਹਾਰਾਜ, ਜਿਹੜੇ ਜਾ ਇਹ ਕਾਲਜ ਦੀ ਕੋਠੜੀ 'ਚੋਂ ਬੇਦਾਗ ਹੋ ਗਏ। ਸੋ ਹੁਕਮਦਾਰੀ ਤੈਨੂੰ ਪੈਸ ਹੋ ਜਾਂਦੀ, ਸਜਾਇਪੁਰਾਂ ਦੇ ਬਜਾਰੇ ਜਾਂਦੇ ਆ ਜਿਹੜੇ ਸੰਸਾਰ 'ਤੇ ਆ ਕੇ। ਪਰ ਮਹਾਂਪੁਰਸ਼ ਕਰਦੇ ਕੀ ਆ? ਕਬੀਰ ਮਾਇਆ ਡੋਲ ਨਹੀਂ ਪਵਨ ਚ ਭੋਗਣ ਹਾਰ, ਕਹਿੰਦੇ ਉਹ ਸੰਤੂ ਮਾਖਣ ਖਾਇਆ ਸਾਸ ਪੀਏ ਸੰਸਾਰ। ਦੇਖੋ ਤਾਂ ਉਹ ਰਿਕਦੇ ਆ, ਸਾਸ ਜਮੀ ਜਾ ਰਿਹਾ, ਇਹ ਜਿਹੜਾ ਦੇਹ ਹੈ ਸੰਸਾਰ ਜਿਹੜਾ ਦੁੱਧ ਦੀ ਚੜ੍ਹਦੀ ਹੈ, ਅਸੀਂ ਸਵਾਸ ਲੈ ਰਹੇ ਰਿੜਕ ਹੋ ਰਿਹਾ, ਪਰ ਉਹ ਰਿੜਕਣ ਦੀ ਜਾਂਚ ਉਹਨਾਂ ਨੇ ਜਿਹੜੇ ਨਾਮ ਦੀ ਕਮਾਈ ਕਰਦੇ ਸਵਾਸ ਤੋਂ ਸਾਨੂੰ ਰੋਂਦੇ ਆਉਂਦੇ ਹੋ, ਸਵਾਸ ਤਾਂ ਸਾਨੂੰ ਰੋਂਦੇ ਆਉਂਦੇ ਆ, ਇਹਨਾਂ ਸਾਸਵਾਂ ਨਾਲ ਉਸ ਨਾਮ ਦੀ ਪਰਮੇਸ਼ਰ ਦੀ ਕਮਾਈ ਕਰੋ, ਫਿਰ ਹੋਣਾ ਕੀ ਹੈ? ਫਿਰ ਮੱਖਣ ਖਾ ਲਿਓਗੇ, ਫਿਰ ਮੱਖਣ ਖਾਣ ਦੀ ਜਾਂਚ ਆ ਜਾਣੀ, ਉਹਨਾਂ ਮੱਖਣ ਖਾਣਾ ਕਿਉਂ? ਨਹੀਂ ਤਾਂ ਫਿਰ ਮੇਰੇ ਵਰਗੇ ਤਾਂ ਲੱਸੀ ਪੀਣੀ ਹੈ। ਲੱਸੀ ਕੀ ਹੈ? ਫਿਰ ਸਵਾਸ ਤਾਂ ਆ ਹੀ ਜਾਣਾ ਸਾਨੂੰ, ਪਰ ਨਾਮ ਦਾ ਸਵਾਦ ਨਹੀਂ ਆਉਂਦਾ। ਪਰਮੇਸ਼ਰ ਦੇ ਨਾਮ ਦਾ ਸਵਾਦ ਸੰਗਤ ਸਮਰਪੋਂ ਦੇ ਦਰ ਨੂੰ ਕਹੇ, ਮੈਂ ਤਾਂ ਪ੍ਰਭਾਵਿਤ ਕਰਨੇ ਲੱਗਾ ਸੀਗਾ, ਪਰ ਸੱਚ ਕਹਿੰਦੇ ਕਿ ਹੋਰ ਕੁਛ ਕਹਿੰਦੇ। ਚਲੋ ਜਿਹਨਾਂ ਨਾਮ ਕੁਛ ਦਰਬਾਰ ਲਿਆ, ਜਿਹੜੇ ਸਮਰਪਣ ਵੀ ਆਏ ਸਮਾਪਤੀ ਹੈ। ਇਸੇ ਤਰ੍ਹਾਂ ਜ਼ਿੰਦਗੀ ਹੈ, ਸੰਤ ਮਹਾਂਪੁਰਸ਼ ਜਿਹੜੀ ਹੈ ਸੰਸਾਰ ਦਾ ਕਿ ਆਪ ਕਰਦੇ ਅਵਲ ਹੈ, ਨਾਮ ਦਿੱਤਾ ਆਪ ਹੀ ਨਾਮ ਕਰਦੇ ਆ, ਪਾਉਂਦੇ ਵੀ ਇਹੀ ਸੰਤ ਦਾ ਕਰਮ ਹੈ। ਅਤੇ ਜੇ ਤੂੰ ਜਲ ਗੋਪਾਲ ਉੱਤੇ ਡਰਦਾ ਸਗਲੀ ਆ ਜਾ ਸਾਧੂਆਂ ਦੀ, ਜੇ ਤੂੰ ਜਲ ਗੋਪਾਲ ਉੱਤੇ ਡਰਦਾ ਸਗਲੀ ਆ ਜਾ ਸਾਧੂਆਂ ਦੀ, ਡਰਦਾ ਸਗਲੀ ਆ ਜਾ ਸਾਧੂਆਂ ਦੀ, ਸੋਦੇ ਤਕਦੀਰਾਂ ਦੇ ਐਵੇਂ ਨੇ
ਅੱਜ ਬੰਗਲ ਜੀ ਉਹਨਾਂ ਨੂੰ ਬੇਨਤੀ ਹੈ ਜੀ ਸਾਰਿਆਂ ਮਹਾਂਪੁਰਸ਼ਾਂ ਦਾ ਆਉਣ ਤੇ ਹਾਜ਼ਰੀਆਂ ਭਰਨ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਬੋਲੇ ਸੁਣਿਆ ਸਾਹਿਬ।